ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ। ਸਵਾਗਤ ਹੈ ਨਵੀਂ ਵੀਡੀਓ ਦੇ ਨਾਲ। ਅੱਜ ਅਸੀਂ ਵਰਨਮਾਲਾ ਦਾ ਅੱਖਰ ਆਹੇ ਨੂੰ ਤਿਆਰ ਕਰਨ ਲੱਗੇ ਹਾਂ। ਡਰੋ ਕਰ ਲਿਆ, ਪੇਂਟ ਦਾ ਕੰਮ ਸ਼ੁਰੂ ਕਰਤਾ ਹੈ। ਉਹ ਹਰ ਤਰ੍ਹਾਂ ਦੀ ਹਰ ਰੋਜ਼ ਦੀ ਤਰ੍ਹਾਂ ਆਪਾਂ ਤੁਹਾਨੂੰ ਬੋਲ ਕੇ ਦੱਸਦੇ ਹਾਂ ਕਿ ਆਪਾਂ ਪੇਂਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ, ਪੇਂਟ ਕਰਨਾ ਆਹੇ ਨੂੰ। ਅਤੇ ਆਹੇ ਦੇ ਨਾਂ ਦੱਸੋ, ਕਹਿੰਦੇ ਕਹਿੰਦੇ ਆਉਂਦੇ ਆ, ਉਹ ਕਿਹੜੇ ਕਿਹੜੇ ਸੋਹਣੇ ਜਿਹੇ ਨਾਂ ਹੈ ਜਿਹੜੇ ਹਾਏ 'ਤੇ ਪੈਂਦੇ ਨੇ। ਬਾਕੀ ਸਭ ਤੋਂ ਪਹਿਲਾਂ ਹਰਪ੍ਰੀਤ, ਹਰਸ਼, ਅਤੇ ਆਪਣੇ ਸਭ ਤੋਂ ਪਹਿਲਾਂ ਆਪਾਂ ਦੱਸਾਂਗੇ ਕਿ ਆਪਣੇ ਗੁਰੂਆਂ ਦੇ ਨਾਂ ਆਉਂਦੇ ਆ, ਜਿਵੇਂ ਕਿ ਆਪਣੇ ਗੁਰੂ ਹਰਗੋਬਿੰਦ ਸਿੰਘ ਜੀ, ਹਰ ਰਾਏ ਜੀ, ਹਰਕਿਸ਼ਨ ਜੀ, ਇੱਕ ਆਪਣੇ ਗੁਰੂਆਂ ਦੇ ਨਾਂ ਵੀ ਹਾਏ 'ਤੇ ਹੀ ਆਉਂਦੇ ਨੇ। ਬਾਕੀ ਜਿੰਨਾ ਜਿੰਨਾ ਆਪਦਾ ਖੁਦ ਦਾ ਨਾਂ ਹਾਏ 'ਤੇ ਪੈਂਦਾ, ਕਿਉਂਕਿ ਆਪਾਂ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਨਹੀਂ ਗਿਣ ਸਕਦੇ, ਕਿਉਂਕਿ ਉਹ ਆਪਣੇ ਗੁਰੂ ਹੋਏ ਨੇ। ਸਭ ਤੋਂ ਪਹਿਲਾਂ ਆਪਣੇ ਮਾਂ ਬਾਪ ਉਹੀ ਨੇ, ਉਸ ਤੋਂ ਬਾਅਦ ਜਿਹੜੇ ਮਾਂ ਬਾਪ ਨੇ ਜੰਮਣ ਵਾਲੇ ਆਉਂਦੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਲਿਆ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਹੁਣ ਕਮੈਂਟ ਕਰਕੇ ਦੱਸੋ ਕਿ ਹਾਏ 'ਤੇ ਕਹਿੰਦਾ ਕਹਿੰਦਾ ਨਾਂ ਆਉਂਦਾ ਹੈ। ਬਾਕੀ ਆਪਾਂ ਪੇਂਟ ਕਰਦੇ ਪਏ ਹਾਂ, ਤੁਹਾਨੂੰ ਪੇਂਟ ਕਰਕੇ ਦਿਖਾਵਾਂਗੇ ਕਿ ਹਾਏ ਨੂੰ ਕਿਹੋ ਜਿਹਾ ਤਿਆਰ ਕੀਤਾ ਆਪਾਂ। ਬਣੇ ਰਹੋ ਸਾਰੇ ਚੈਨਲ ਦੇ ਉੱਪਰ, ਵੀਡੀਓ ਨੂੰ ਪੂਰਾ ਦੇਖਿਓ ਜੇ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ, ਤਾਂ ਜੋ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਦੇ ਲਿੰਕ ਮਿਲ ਸਕਣ, ਜਿਹੜਾ ਜਲਦੀ ਜਦੋਂ ਆਪਾਂ ਅਪਡੇਟ ਕਰਦੇ ਹਾਂ, ਅਪਲੋਡ ਕਰਦੇ ਹਾਂ ਵੀਡੀਓ, ਉਦੋਂ ਨਹੀਂ ਦੇਖਦੇ, ਬਾਅਦ ਦੇ ਵਿੱਚ ਦੇਖਦੇ ਹੋ, ਕੱਲ੍ਹ ਦੇਖਦੇ ਹੋ, ਜਦੋਂ ਵੀ ਦੇਖਦੇ ਹੋ, ਤੁਹਾਨੂੰ ਸਭ ਤੋਂ ਪਹਿਲਾਂ ਲਿੰਕ ਮਿਲ ਸਕੇ। ਇਸੇ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਪਹਿਲਾਂ ਆਈਕਨ ਵੀ ਦਬਾਉਣਾ ਹੈ। ਸੋਹਣੇ ਸੋਹਣੇ ਕਮੈਂਟ ਕਰਦੇ ਨੇ ਲਾਸਟ ਦੇ ਵਿੱਚ ਕਿ ਹਾਂ ਹਾਂ ਤੁਸੀਂ ਇਹੋ ਜਿਹਾ ਤਿਆਰ ਕੀਤਾ ਹੈ। ਜੇ ਉਹ ਜਿਹਾ ਵੀ ਤੁਹਾਡੇ ਦਿਲ ਦੇ ਵਿੱਚ ਆਉਂਦਾ ਹੈ, ਸਾਨੂੰ ਸਾਡਾ ਦੱਸਿਆ ਕਰੋ ਕਿ ਤੁਸੀਂ ਇਹੋ ਜਿਹੀ ਚੀਜ਼ ਬਣਾਈ ਆ। ਅਗਰ ਥੋੜ੍ਹੀ ਬਹੁਤੀ ਗਲਤੀ ਵੀ ਹੁੰਦੀ ਹੈ ਸਾਡੇ ਕੋਲੋਂ ਕਿਸੇ ਚੀਜ਼ ਦੇ ਵਿੱਚ, ਕਿਉਂਕਿ ਆਪਾਂ ਇਹ ਵੀ ਕਹਿ ਸਕਦੇ ਹਾਂ ਇਨਸਾਨ ਗਲਤੀਆਂ ਦਾ ਪੁਤਲਾ ਹੈ, ਅਤੇ ਗਲਤੀਆਂ ਇਨਸਾਨ ਕੋਲੋਂ ਹੀ ਹੁੰਦੀਆਂ ਨੇ, ਅਤੇ ਬਾਕੀ ਸਹੀ ਵੀ ਇਨਸਾਨ ਹੀ ਉਹਨਾਂ ਚੀਜ਼ਾਂ ਨੂੰ ਕਰਦਾ ਹੈ। ਅਤੇ ਤੁਸੀਂ ਸਾਨੂੰ ਦੱਸਣਾ ਹੈ ਕਿ ਤੁਸੀਂ ਇਸ ਪੇਂਟਿੰਗ ਦੇ ਵਿੱਚ ਤੁਸੀਂ ਆਹ ਗਲਤੀ ਕੀਤੀ ਹੈ, ਅਸੀਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਬਣੇ ਰਹੋ ਵੀਡੀਓ 'ਤੇ, ਸਾਰੀ ਵੀਡੀਓ ਨੂੰ ਦੇਖਿਓ, ਸਕਿੱਪ ਨਾ ਕਰਿਓ ਜੀ। ਬਾਕੀ ਆਪਾਂ ਫਲਾਵਰ ਬਣਾਉਣ ਲੱਗੇ ਹਾਂ, ਦੇਖਿਓ ਕਿ ਆਪਾਂ ਫਲਾਵਰ ਕਿਹੋ ਜਿਹਾ ਬਣਾਉਣੇ ਆ। ਤੁਸੀਂ ਇਹ ਦੇਖੋ ਕਿ ਪਹਿਲਾਂ ਅਲਫਾਬੈਟ ਦੇ ਅੱਖਰ ਆਏ ਸੀ, ਆਪਾਂ ਉਹਨਾਂ ਨੂੰ ਵੀ ਫਲਾਵਰਾਂ ਦੇ ਨਾਲ ਉਲੀਕ ਦਿੱਤਾ ਸੀਗਾ, ਹੁਣ ਵਰਨਮਾਲਾ ਦੇ ਅੱਖਰ ਆਏ ਆ, ਆਪਾਂ ਇਹਨਾਂ ਨੂੰ ਵੀ ਫਲਾਵਰਾਂ ਦੇ ਨਾਲ ਉਲੀਕਦੇ ਪਏ ਹਾਂ। ਦੇਖੋ ਕਿ ਇਹ ਚੀਜ਼ਾਂ ਕਿੰਨੀਆਂ ਸੋਹਣੀਆਂ ਬਣਦੀਆਂ ਪਈਆਂ ਨੇ, ਤੁਸੀਂ ਤੁਹਾਡੇ ਸਾਹਮਣੇ ਆ ਖੁਦ ਦੇ। ਬਾਕੀ ਆਪਾਂ ਇਸ ਆਹੇ ਨੂੰ ਤਿਆਰ ਕਰਕੇ ਦਿਖਾਵਾਂਗੇ ਕਿ ਕਿਹੋ ਜਿਹਾ ਬਣਿਆ। ਇਹ ਜਿਹੜੀਆਂ ਪੇਂਟਿੰਗਾਂ ਆਪਾਂ ਨਾਲ ਨਾਲ ਤਾਂ ਜੋੜ ਕੇ ਬਣਾਉਣੇ ਪਏ ਹਾਂ ਕਿ ਜਦੋਂ ਆਪਾਂ ਪੂਰਾ ਰਿਵਿਊ ਦਈਏ, ਤੁਹਾਨੂੰ ਪੂਰੀ ਵੀਡੀਓ ਦਈਏ, ਫੁੱਲ ਵੀਡੀਓ ਪੂਰੇ ਇੱਥੋਂ ਲੈ ਕੇ ਵਰਨਮਾਲਾ ਦੇ ਲਾਸਟ ਵਾਲੇ ਅੱਖਰਾਂ ਤੱਕ ਜਿੰਨੀ ਵੀ ਵੀਡੀਓ ਆ, ਆਪਾਂ ਸਾਰੀ ਪ੍ਰੋਪਰ ਤੁਹਾਨੂੰ ਲਾਸਟ ਦੇ ਵਿੱਚ ਬਣਾ ਕੇ ਦਿਖਾਵਾਂਗੇ। ਤਾਂ ਹੀ ਆਪਾਂ ਇਸ ਰਹੇ ਆਪਾਂ ਅੱਖਰਾਂ ਨੂੰ ਨਾਲ ਨਾਲ ਜੋੜ ਜੋੜ ਕੇ ਬਣਾਉਣੇ ਪਏ ਹਾਂ, ਤਾਂ ਜੋ ਤੁਹਾਨੂੰ ਪੂਰੀ ਪ੍ਰੋਪਰ ਵੀਡੀਓ ਦੇ ਸਕੀਏ ਲਾਸਟ ਦੇ ਵਿੱਚ, ਜਿਸ ਦਿਨ ਆਪਾਂ ਲਾਸਟ ਵਾਲਾ ਅੱਖਰ ਤਿਆਰ ਕਰਨਾ ਹੈ, ਉਸ ਦਿਨ ਹੀ ਆਪਾਂ ਤੁਹਾਨੂੰ ਪੂਰੀ ਇਸ ਕੱਪੜੇ ਦੀ ਵੀਡੀਓ ਦਿਖਾਵਾਂਗੇ
ਕਿ ਅਸੀਂ ਆਹ ਵਰਨਮਾਲਾ ਦੇ ਅੱਖਰਾਂ ਨੂੰ ਫਲਾਵਰਾਂ ਦੇ ਨਾਲ ਉਲੀਕਿਆ ਸੀਗਾ ਅਤੇ ਆਪਾਂ ਉਹ ਚੈਲੇਂਜ ਵੀ ਪੂਰਾ ਕੀਤਾ। ਅਤੇ ਇਸ ਤੋਂ ਬਾਅਦ ਆਪਾਂ ਆਪਣੀ ਫੈਮਿਲੀ ਦੇ ਨਾਂ ਵਾਲੇ ਅੱਖਰਾਂ ਦਾ ਇੱਕ ਵੀਡੀਓ ਤਿਆਰ ਕਰਾਂਗੇ, ਉਹਦੇ 'ਚ 2 ਜਾਂ 3 ਵੀਡੀਓ ਉਹ ਵੀ ਆਉਣਗੀਆਂ, ਅਤੇ ਉਸ ਨਾਂ ਨੂੰ ਪ੍ਰੋਪਰ ਪੂਰੇ ਨਾਂ ਨਾਲ ਲਿਖਾਂਗੇ ਅਤੇ ਸਾਈਡਾਂ ਦੇ ਕੋਈ ਫਲਾਵਰ ਉਲੀਕ ਕੇ ਉਹ ਵੀ ਬਣਾਵਾਂਗੇ। ਬਾਕੀ ਆਪਾਂ ਬੈਠੇ ਫ੍ਰੀ ਡਿਜ਼ਾਇਨ ਕਰਦੇ ਰਹਿੰਦੇ ਹਾਂ ਕਿ ਕੋਈ ਕਿਹੜੀ ਚੀਜ਼ ਸੋਹਣੀ ਲੱਗ ਸਕਦੀ, ਕਿਹੜੀ ਇਸ ਤੋਂ ਬਾਅਦ ਆਪਾਂ ਕਿਹੜੀ ਚੀਜ਼ ਬਣਾਵਾਂਗੇ ਉਹ ਵੀ ਦੇਖਦੇ ਰਹਿੰਦੇ ਹਾਂ ਕਿ ਜਿਹੜੀਆਂ ਤੁਹਾਨੂੰ ਚੀਜ਼ਾਂ ਪਸੰਦ ਆ ਸਕਣ। ਕਿਉਂਕਿ ਪਹਿਲਾਂ ਕੁਛ ਚਲੋ ਕਢਾਈ ਵਾਲੀਆਂ ਚੀਜ਼ਾਂ ਵੀ ਕਾਫੀ ਚੱਲ ਰਹੀਆਂ ਅਤੇ ਇਹ ਚੀਜ਼ਾਂ ਵੀ ਲੋਕ ਕਾਫੀ ਪਸੰਦ ਕਰਦੇ ਨੇ, ਜਿਹੜਾ ਕਿ ਆਪਾਂ ਫ੍ਰੀ ਹੈਂਡ ਵਰਕ ਤਿਆਰ ਕਰਦੇ ਰਹਿੰਦੇ ਹਾਂ, ਪੇਂਟਿੰਗ ਦਾ ਕੰਮ ਕਰਦੇ ਰਹਿੰਦੇ। ਇਹ ਚੀਜ਼ਾਂ ਵੀ ਕਸਟਮਰ ਜਾਂ ਹਰੇਕ ਮੇਰੀਆਂ ਭੈਣਾਂ ਅਤੇ ਮੇਰੇ ਭਰਾ ਵੀ ਟੀ ਸ਼ਰਟਾਂ 'ਤੇ ਇਹ ਚੀਜ਼ਾਂ ਨੂੰ ਪਸੰਦ ਕਰਦੇ ਨੇ, ਜਿਹੜੀਆਂ ਮੇਰੀਆਂ ਭੈਣਾਂ ਉਹ ਵੀ ਇਹਨਾਂ ਨੂੰ ਸੂਟਾਂ 'ਤੇ ਪਸੰਦ ਕਰਦੀਆਂ ਨੇ। ਬਾਕੀ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰਦੇ ਰਹਾਂਗੇ ਚੀਜ਼ਾਂ, ਅਤੇ ਹੋਰ ਚੀਜ਼ਾਂ ਨਵੀਆਂ ਲੈ ਕੇ ਆਵਾਂਗੇ ਕੋਈ ਨਾ ਕੋਈ ਆਪਾਂ ਤੁਹਾਡੇ ਸਾਹਮਣੇ। ਬਾਕੀ ਬਣੇ ਰਿਹਾ ਕਰੋ ਆਪਣੇ ਚੈਨਲ ਦੇ ਉੱਪਰ, ਅਗਰ ਤੁਸੀਂ ਸਬਸਕ੍ਰਾਈਬ ਕਰੋਗੇ ਤਾਂ ਫਿਰ ਹੀ ਇਹ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ, ਅਦਰਵਾਈਜ਼ ਤੁਸੀਂ ਨਹੀਂ ਦੇਖ ਪਾਓਗੇ ਉਹ ਚੀਜ਼ਾਂ ਨੂੰ। ਅਤੇ ਤੁਸੀਂ ਇਹ ਦੇਖੋ ਕਿ ਆਪਾਂ ਇਹਦੇ ਵਿੱਚ ਕੁਛ ਚੀਜ਼ਾਂ ਆਪਾਂ ਉਲੀਕੀਆਂ ਵੀ ਨਹੀਂ ਸੀ, ਨਾ ਆਪਾਂ ਡਰੋਅ ਕੀਤੀਆਂ ਸੀ। ਤੁਸੀਂ ਇਹ ਦੇਖੋ ਕਿ ਆਪਾਂ ਪੇਂਟ ਦੇ ਨਾਲ ਹੀ ਉਹ ਚੀਜ਼ਾਂ ਨੂੰ ਤਿਆਰ ਕਰਤਾ ਹੈ। ਤੁਸੀਂ ਇਸ ਚੀਜ਼ ਤੋਂ ਕੁਛ ਹਿਸਾਬ ਲਾ ਕੇ ਦੇਖਿਆ ਕਰੋ ਕਿ ਆਪਾਂ ਇਹ ਚੀਜ਼ ਆਪਣੇ ਹੱਥ ਨਾਲ ਤਿਆਰ ਕਰਦੇ ਹਾਂ ਕਿ ਕਾਪੀ ਰਾਈਟ ਨਹੀਂ ਕਰਦੇ ਇਹਨੂੰ,
ਕਰਕੇ ਆਪਾਂ ਬਿਲਕੁਲ ਕਿਸੇ ਚੀਜ਼ ਤੋਂ ਕਾਪੀ ਕਰਕੇ ਨਹੀਂ ਤਿਆਰ ਕਰਦੇ, ਆਪਾਂ ਆਪਣੇ ਹੱਥੀਂ ਇਹ ਚੀਜ਼ ਰੈਡੀ ਤਿਆਰ ਕਰੀ ਦੀ ਹੈ। ਕਿਉਂਕਿ ਹੁਣ ਤੁਸੀਂ ਇਹ ਦੇਖੋ ਕਿ ਇਸ ਫਲਾਵਰ ਦੇ ਵਿੱਚ ਪੱਤੀਆਂ ਦਾ ਆਪਾਂ ਵਰਕ ਨਹੀਂ ਸੀ ਕੀਤਾ, ਉਹਨਾਂ ਨੂੰ ਆਪਾਂ ਡਰੋ ਨਹੀਂ ਸੀ ਕੀਤਾ, ਉਹ ਆਪਾਂ ਆਪਣੇ ਪੇਂਟ ਦੇ ਨਾਲ ਹੀ ਉਹ ਪੱਤੀਆਂ ਨੂੰ ਤਿਆਰ ਕਰਤਾ। ਤੁਸੀਂ ਦੇਖੋ ਕਿ ਚੀਜ਼ ਕਿੰਨੀ ਸੋਹਣੀ ਬਣੀ ਹੈ, ਜਿਹੜਾ ਹਾਹੇ ਵਾਲਾ ਵਰਨ ਵਾਲਾ ਦਾ ਅੱਖਰ ਆ ਕਿੰਨਾ ਸੋਹਣਾ ਆਪਾਂ ਉਹਨੂੰ ਬਣਾ ਲਿਆ। ਇਹ ਹਾਹਾ ਵੀ ਹਾਹੇ ਨੂੰ ਵੀ ਕਿੰਨਾ ਸੋਹਣਾ ਆਪਾਂ ਬਣਾਇਆ ਹੈ, ਕਿਉਂਕਿ ਇਹਨਾਂ ਕਾਫੀ ਵਰਨਮਾਲਾ ਦੇ ਅੱਖਰਾਂ ਦੇ ਉੱਪਰ ਆਪਣੇ ਗੁਰੂਆਂ ਦਾ ਨਾਂ ਆਉਂਦਾ ਹੈ। ਚਲੋ ਸਾਰੇ ਆਪਾਂ ਕਿਸੇ ਨੂੰ ਇਹ ਮਾੜਾ ਨਹੀਂ ਕਹਿੰਦੇ, ਹਰੇਕ ਧਰਮ ਦੇ ਹਰੇਕ ਧਰਮ ਚੰਗਾ ਹੈ, ਕੋਈ ਵੀ ਨਹੀਂ ਮਾੜਾ। ਕਿਉਂ? ਕਿਉਂਕਿ ਜਿਹੜੇ ਪਹਿਲੇ ਗੁਰੂ ਹੁੰਦੇ ਸੀਗੇ ਆਪਣੇ, ਉਹ ਸਭ ਤੋਂ ਵਧੀਆ ਗੁਰੂ ਸੀ, ਕਦੀ ਕਿਸੇ ਨੂੰ ਕਿਸੇ ਬਾਰੇ ਮਾੜਾ ਨਹੀਂ, ਕੋਈ ਜਾਤ ਬਾਰੇ ਮਾੜਾ ਨਹੀਂ, ਕਿਉਂਕਿ ਇਹ ਤਾਂ ਜਾਤਾਂ ਬਾਤਾਂ ਆਪਣੇ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ। ਇਹ ਜਿਹੜੀਆਂ ਜਾਤਾਂ ਬਾਤਾਂ ਨੇ ਇਹ ਆਪਣੇ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ। ਕਿਉਂ? ਕਿਉਂਕਿ ਆਪਣੇ ਬੋਡੀ ਦੇ ਵਿੱਚ, ਸਰੀਰ ਦੇ ਵਿੱਚ ਖੂਨ ਤਾਂ ਇੱਕ ਹੀ ਚੱਲਦਾ। ਅਗਰ ਸੱਟ ਮੈਨੂੰ ਲੱਗਦੀ ਆ ਅਤੇ ਸੱਟ ਹੀ ਅਗਲੇ ਨੂੰ ਲੱਗੂਗੀ ਤਾਂ ਖੂਨ ਤਾਂ ਇੱਕੋ ਹੀ ਨਿਕਲੇਗਾ ਸਰੀਰ 'ਚੋਂ। ਇਸ ਲਈ ਇਹਨਾਂ ਜਾਤਾਂ ਬਾਤਾਂ ਨੂੰ ਛੱਡੋ, ਇੱਕ ਦੂਜੇ ਨਾਲ ਰਲ ਕੇ ਰਹਿਣਾ ਸ਼ੁਰੂ ਕਰੋ। ਇੱਕ ਦੂਜੇ ਦਾ ਕਿਸੇ ਨੂੰ ਦੇਖ ਕੇ ਸੜੋ ਨਾ, ਕਿਸੇ ਨੂੰ ਇਹ ਵੇਖ ਕੇ ਨਾ ਕਰੋ ਕਿ ਉਹ ਇੰਨਾ ਇਸ ਕੰਮ 'ਚ ਇੰਨਾ ਕਾਮਯਾਬ ਆ। ਹਾਂ, ਰੱਬ ਨੇ ਹੁਨਰ ਉਹਨੂੰ ਦਿੱਤਾ, ਉਹ ਇਸ ਲਈ ਉਸ ਕੰਮ 'ਚ ਕਾਮਯਾਬ ਆ। ਆਪਾਂ ਵੀ ਹੋ ਸਕਦੇ ਹਾਂ ਅਗਰ ਆਪਾਂ ਸੱਚੇ ਦਿਲ ਨਾਲ ਮਿਹਨਤ ਕਰਾਂਗੇ, ਅਗਰ ਇਸ ਗੱਲੋਂ ਨਹੀਂ, ਅਗਰ ਆਪਾਂ ਉਹਦੀ ਕਾਪੀ ਕਰਕੇ ਮਿਹਨਤ ਕਰਾਂਗੇ ਫਿਰ ਕਦੇ ਕਾਮਯਾਬ ਨਹੀਂ ਹੁੰਦੇ। ਅਗਰ ਆਪਾਂ ਸੱਚੇ ਦਿਲ ਨਾਲ ਉਸ ਚੀਜ਼ ਦੀ ਮਿਹਨਤ ਕਰਾਂਗੇ ਫਿਰ ਕਾਮਯਾਬ ਹੋਵਾਂਗੇ, ਅਦਰਵਾਈਜ਼ ਆਪਾਂ ਕਦੇ ਵੀ ਕਾਮਯਾਬ ਨਹੀਂ ਹੋਵਾਂਗੇ। ਕਿਸੇ ਵੱਲ ਦੇਖ ਕੇ ਉੱਠੋਗੇ ਤਾਂ ਕਦੇ ਵੀ ਨਹੀਂ ਉੱਠ ਪਾਓਗੇ, ਆਪਣੇ ਆਪ ਆਪਣੇ ਮੋਢਿਆਂ ਦੇ ਭਾਰ ਉੱਠੋਗੇ ਅਤੇ ਫਿਰ ਹੀ ਕਾਮਯਾਬ ਹੋਵੋਗੇ, ਇਹ ਤੁਸੀਂ ਕਦੇ ਵੀ ਕਾਮਯਾਬ ਨਹੀਂ ਹੋਵੋਗੇ। ਅਤੇ ਆਪਾਂ ਫਿਰ ਵੀ ਇਹੀ ਕਹਿੰਦੇ ਹਾਂ ਕਿ ਰੱਬ ਤੁਹਾਨੂੰ ਤਰੱਕੀਆਂ ਹੀ ਬਖਸ਼ੇ ਅਤੇ ਸਦਾ ਕਾਮਯਾਬ ਹੁੰਦੇ ਰਹੋ। ਬਾਕੀ ਆਪਾਂ ਹਾਹਾ ਤਿਆਰ ਕਰ ਲਿਆ ਆ, ਆਪਾਂ ਹਾਹੇ ਨੂੰ ਤਿਆਰ ਕਰ ਲਿਆ। ਤੁਸੀਂ ਦੇਖੋ ਕਿ ਹਾਹਾ ਕਿੰਨਾ ਸੋਹਣਾ ਬਣਾਇਆ ਆਪਾਂ, ਇਹ ਤੁਸੀਂ ਦੱਸਣਾ ਆਪਾਂ ਨੂੰ, ਤੁਸੀਂ ਇਸ ਚੀਜ਼ ਦਾ ਰਿਵਿਊ ਦੇਣਾ ਹੈ। ਆਹ ਦੇਖੋ ਹਾਹਾ, ਤੁਸੀਂ ਦੱਸੋ ਕਿ ਇਹਦੇ ਵਿੱਚ ਕੋਈ ਕਮੀ ਨਜ਼ਰ ਆਉਂਦੀ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ। ਹਾਂ, ਕਈ ਵਾਰੀ ਇਹ ਆ ਇੱਕ ਅੱਧੀ ਲਾਈਨ ਥੋੜ੍ਹੀ ਟੇਢੀ ਚਲੇ ਜਾਂਦੀ ਆ। ਕਿਉਂ? ਕਿਉਂਕਿ ਆਪਾਂ ਉਹ ਡਰੋ ਕਰਦੇ ਹਾਂ ਹੱਥ ਨਾਲ, ਕਿਸੇ ਸਕੇਲ ਨਾਲ ਨਹੀਂ, ਜਾਂ ਕਿਸੇ ਯੂ ਨਾਲ ਨਹੀਂ, ਕਿਸੇ ਚੀਜ਼ ਨਾਲ ਨਹੀਂ, ਜਾਂ ਆਪਾਂ ਨੂੰ ਦੂਜੇ ਪਾਸਿਓਂ ਕਾਪੀ ਕਰਕੇ ਇੱਧਰ ਪੇਂਟ ਕਰ ਦਈਏ, ਆਪਾਂ ਉਹ ਚੀਜ਼ਾਂ ਕਦੇ ਵੀ ਨਹੀਂ ਕਰਦੇ। ਆਪਾਂ ਇਹਨੂੰ ਆਪਣੇ ਹੱਥ ਨਾਲ ਹੀ ਡਰੋ ਕਰਕੇ ਆਪਣੇ ਹੱਥ ਨਾਲ ਹੀ ਤਿਆਰ ਕਰਦੇ ਹਾਂ। ਤੁਸੀਂ ਖੁਦ ਦੇਖੋ ਕਿ ਮਾੜਾ ਮੋਟਾ ਕੋਈ ਨਾ ਕੋਈ ਮਾੜੀ ਮੋਟੀ ਲਾਈਨ ਟੇਢੀ ਹੋਊਗੀ, ਪਰ ਵੀ ਬਹੁਤ ਸੋਹਣਾ ਬਣਿਆ ਹਾਹਾ ਵੀ। ਇਸ ਤੋਂ ਪਹਿਲਾਂ ਆਪਾਂ ਸੱਸਾ ਵੀ ਬਣਾਇਆ ਹੋਇਆ, ਉਹ ਵੀ ਉਹਦੇ ਨਾਲ ਹੀ ਆ। ਇਸੇ ਕਰਕੇ ਆਪਾਂ ਇਹ ਚੀਜ਼ਾਂ ਨੂੰ ਬਿਲਕੁਲ ਨਾਲ ਨਾਲ ਜੋੜ ਕੇ ਬਣਾ ਰਹੇ ਹਾਂ ਕਿ ਕੱਲ੍ਹ ਨੂੰ ਜਦੋਂ ਤੁਹਾਨੂੰ ਸਾਰੇ ਵਰਨਮਾਲਾ ਦੇ ਅੱਖਰਾਂ ਦੀ ਵੀਡੀਓ ਦੇਵਾਂਗੇ ਉਦੋਂ ਤੁਸੀਂ ਦੇਖਿਓ ਕਿ ਆਪਾਂ ਕਿੰਨੇ ਸੋਹਣੇ ਲਿਖੇ ਨੇ। ਕੀ ਤਾਂ ਵਰਨਮਾਲਾ ਦੇ ਅੱਖਰ ਜਾਂ ਅਲਫਾਬੈਟ ਦੇ ਅੱਖਰ ਕੋਈ ਵੀ ਫਲਾਵਰਾਂ ਦੇ ਵਿੱਚ ਨਹੀਂ ਉਲੀਕ ਸਕਦਾ, ਨਾ ਹੀ ਉਹ ਕਦੀ ਉਲੀਕਦਾ ਹੈ। ਅਤੇ ਆਪਾਂ ਇਸ ਚੀਜ਼ ਨੂੰ ਤਿਆਰ ਕੀਤਾ ਹੈ, ਇਸ ਚੀਜ਼ 'ਤੇ ਮਿਹਨਤ ਲਾਈ ਆ, ਇਸ ਚੀਜ਼ ਬਾਰੇ ਸੋਚਿਆ ਹੈ। ਬਾਕੀ ਤੁਸੀਂ ਦੱਸੋ, ਹੁਣ ਰਿਵਿਊ ਦਿਓ ਕਿ ਆਪਾਂ ਕਿਹੋ ਜਿਹਾ ਬਣਾਇਆ ਹੈ। ਇਹ ਵੀਡੀਓ ਨੂੰ ਪੂਰਾ ਦੇਖਿਓ ਜੇ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ, ਬੈੱਲ ਆਈਕਨ ਦਬਾ ਦਿਓ ਅਤੇ ਸੋਹਣੇ ਸੋਹਣੇ ਕਮੈਂਟ ਕਰ ਦਿਓ। ਅਤੇ ਇਸੇ ਨਾਲ ਵੀਡੀਓ ਦੀ ਕਰਦੇ ਸਮਾਪਤੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ, ਜਿਉਂਦੇ ਵਸਦੇ ਰਹੋ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ।